15 जुलाई 1957 ਇਹ ਉਹ ਦਿਨ ਸੀ ਜਦੋਂ ਕੇਰਲਾ ਦੇ ਕੁਝ ਹਿੱਸਿਆਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਸ ਨੇ ਵਿਗਿਆਨ ਤੇ ਇਨਸਾਨ ਨੂੰ ਦੋਨਾਂ ਨੂੰ ਸੋਚ ਵਿੱਚ ਪਾ ਦਿੱਤਾ ਔਰ ਉਹ ਘਟਨਾ ਸੀ ਅਸਮਾਨ 'ਚੋਂ ਖੂਨ ਦੀ ਬਾਰਿਸ਼। ਬਿਲਕੁਲ ਤੁਸੀਂ ਸਹੀ ਸੁਣਿਆ, ਖੂਨ ਦੀ ਬਾਰਿਸ਼। 1957 ਵਿੱਚ ਜਦੋਂ ਇਹ ਰਹੱਸਮਈ ਬਾਰਿਸ਼ ਹੋਈ ਤਾਂ ਸਾਰਿਆਂ ਨੂੰ ਲੱਗਿਆ ਕਿ ਇਹ ਕੇਵਲ ਲਾਲ ਰੰਗ ਦਾ ਪਾਣੀ ਹੈ, ਪਰ ਜਦੋਂ ਉਸ ਦੀ ਜਾਂਚ ਕੀਤੀ ਗਈ ਤਾਂ ਉਹ ਹਰ ਇੱਕ ਦੀ ਸੋਚ ਤੋਂ ਪਰੇ ਸੀ। ਪਰ ਉਦੋਂ ਇਹ ਬਾਰਿਸ਼ ਬਾਰੇ ਨਾ ਤਾਂ ਕਿਸੇ ਨੇ ਜ਼ਿਆਦਾ ਸੋਚਿਆ ਤੇ ਨਾ ਜ਼ਿਆਦਾ ਇਸ ਦੀ ਜਾਂਚ ਕੀਤੀ ਗਈ। ਪਰ ਫਿਰ ਤਰੀਕ ਆਉਂਦੀ ਹੈ 25 ਜੁਲਾਈ 2001, ਜਿਸ ਦਿਨ ਅਸਮਾਨ ਤੋਂ ਫਿਰ ਉਹੀ ਖੂਨੀ ਬਾਰਿਸ਼ ਹੋਈ। ਪਰ ਇਸ ਵਾਰ ਜਦੋਂ ਇਹ ਪਾਣੀ ਦੀਆਂ ਬੂੰਦਾਂ ਨੂੰ ਲੈਬ ਵਿੱਚ ਚੈੱਕ ਕੀਤਾ ਗਿਆ ਤਾਂ ਨਤੀਜੇ ਬਹੁਤ ਹੈਰਾਨ ਕਰਨ ਵਾਲੇ ਸੀ। ਅਸਲ ਵਿੱਚ ਲਾਲ ਰੰਗ ਦਾ ਇਹ ਦਿਖਣ ਵਾਲਾ ਪਾਣੀ ਬਿਲਕੁਲ ਨਹੀਂ ਸੀ, ਬਲਕਿ ਇੱਕ ਜਿੰਦਾ ਚੀਜ਼ ਸੀ। ਔਰ ਇਸ ਬੂੰਦਾ ਵਿੱਚ ਇਨਸਾਨ ਦੇ ਖੂਨ ਵਿੱਚ ਪਾਏ ਜਾਣ ਵਾਲੇ ਰੈੱਡ ਬਲੱਡ ਸੈੱਲਸ ਦੀ ਤਰ੍ਹਾਂ ਅਲੱਗ ਅਲੱਗ ਤਰ੍ਹਾਂ ਦੇ ਸੈੱਲਸ ਮਿਲੇ ਸੀ। ਪਰ ਇਸ ਤੋਂ ਵੀ ਅਜੀਬ ਗੱਲ ਇਹ ਸੀ ਕਿ ਇਹਨਾਂ ਦਾ ਕੋਈ ਵੀ DNA ਨਹੀਂ ਮਿਲਿਆ ਸੀ। ਲਗਭਗ 10 ਸਾਲ ਉਹਨਾਂ ਬੂੰਦਾਂ ਦੀ ਰਿਸਰਚ ਚੱਲਦੀ ਰਹੀ। ਅਖੀਰ 2012 ਵਿੱਚ ਇਹ ਸਾਹਮਣੇ ਆਇਆ ਕਿ ਇਸ ਵਿੱਚ DNA ਤਾਂ ਹੈ ਪਰ ਇਸ ਦੀ ਕੋਡਿੰਗ ਨੂੰ ਸਮਝਣਾ ਨਾਮੁਮਕਿਨ ਹੈ। ਪਰ ਦੋਸਤੋ, ਅੱਜ ਤੱਕ ਇਹ ਰਹੱਸਿਆ ਹੀ ਹੈ ਕਿ ਇਹ ਜਿੰਦਾ ਚੀਜ਼ ਅਸਮਾਨ ਤੋਂ ਕਿੱਥੋਂ ਆਈ। ਇਸੇ ਤਰ੍ਹਾਂ ਦੀਆਂ ਅਮੇਜ਼ਿੰਗ ਵੀਡੀਓਜ਼ ਲਈ ਸਾਡਾ ਚੈਨਲ ਹੁਣੇ ਸਬਸਕ੍ਰਾਈਬ